ਵਾਸੂ ਹੱਤਿਆਕਾਂਡ। ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਲੋਕਾਂ ਵੱਲੋਂ ਥਾਣੇ ਦਾ ਘਿਰਾਓ। ਲੰਘੇ ਦਿਨ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 3 ਅਧੀਨ ਆਉਂਦੇ ਖਿੰਗਰਾ ਗੇਟ ਵਿਖੇ ਮੋਬਾਈਲਾਂ ਦੀ ਦੁਕਾਨ ਤੇ ਵਾਸੂ ਨਾਂ ਦੇ ਵਿਦਿਆਰਥੀ ਦੇ ਹੋਏ ਕਤਲ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਲੋਕਾਂ ਨੇ ਥਾਣਾ ਡਿਵੀਜ਼ਨ ਨੰਬਰ 3 ਦਾ ਘਿਰਾਓ ਕੀਤਾ, ਜਿਸ ਵਿੱਚ ਸਾਬਕਾ ਵਿਧਾਇਕ KD ਭੰਡਾਰੀ ਵੀ ਸ਼ਾਮਲ ਹੋਏ। ਇਸ ਮੌਕੇ ਉਹਨਾਂ ਕਿਹਾ ਕਿ ਪੁਲਿਸ ਵਾਰਦਾਤ ਤੋਂ ਬਾਅਦ ਦੁਕਾਨ ਅੰਦਰ ਪਈ ਨਕਦੀ ਲੈ ਗਈ ਅਤੇ ਹੁਣ ਵਾਪਸ ਮੰਗਣ 'ਤੇ ਸਾਈਨ ਕਰਨ ਦੀ ਗੱਲ ਕਹਿ ਰਹੀ ਹੈ, ਜਦਕਿ ਬਾਅਦ ਵਿੱਚ ਪੁਲਿਸ ਵੱਲੋਂ ਪੈਸੇ ਵਾਪਸ ਕਰ ਵੀ ਦਿੱਤੇ ਗਏ। ਪਹਿਲਾਂ ਜਦੋਂ ਕਹਿੰਦੇ ਕੋਈ ਨਹੀਂ ਜੀ, ਆਪਣੀ ਕਹਿ ਰਹੇ ਸੀਗੇ ਨਹੀਂ ਦਿੰਦੇ ਸਾਈਨ ਕਰਕੇ ਰਿਸੀਵ ਕਰੋ। ਘੰਟੇ ਬਾਅਦ ਆ ਕੇ ਤੁਸੀਂ ਆਪਣੇ ਪੈਸੇ ਲੈ ਜਾਓ, ਨਾ ਮੈਨੂੰ ਕੋਈ ਰਿਸੀਵਿੰਗ ਦਿੱਤੀ, ਨਾ ਸਾਈਨ ਲਏ, ਨਾ ਦਿੱਤੇ। ਘੰਟੇ ਬਾਅਦ ਲੈਣ ਆਏ ਆ ਤੇ ਉਹ ਕੀ ਮੈਨੂੰ ਬਸ ਏਦਾਂ ਹੀ ਫੋਨ ਮਿਲ ਗਿਆ ਜੀ, ਵਿੱਚ ਮਿਲ ਗਏ, ਕਹਿੰਦੇ ਜੀ ਸਾਈਨ ਕਰੋ ਕਿਸ ਚੀਜ਼ ਦੇ। ਮੇਰੀ ਗੱਲੇ ਦੀ ਆਪਣੀ ਸੇਲ ਸੀ, ਏਦਾਂ ਹੀ ਲੈ ਗਏ, ਏਦਾਂ ਹੀ ਵਾਪਸ ਕਰਤੇ, ਨਾ ਮੇਰਾ ਉਹਦੇ 'ਚ ਕੋਈ ਲਿੰਕ, ਨਾ ਲੈਣਾ। ਉੱਧਰ ADCP City 2 ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਭੀੜ ਹੋਣ ਕਾਰਨ ਪੁਲਿਸ ਨੇ ਬੈਗ ਅਤੇ ਦੁਕਾਨ ਅੰਦਰ ਗੱਲੇ ਵਿੱਚ ਪਈ ਨਕਦੀ ਕਬਜ਼ੇ ਵਿੱਚ ਲੈ ਲਈ ਸੀ, ਜੋ ਕਿ ਦੇਰ ਰਾਤ ਪੀੜਿਤ ਪਰਿਵਾਰ ਨੂੰ ਵਾਪਸ ਕਰ ਦਿੱਤੀ ਗਈ। ਜਦੋਂ ਵਾਰਦਾਤ ਹੋਈ ਆ ਉੱਥੇ ਇੱਕ ਬੈਗ ਮਿਲਿਆ ਸੀ, ਜਿਹਨੂੰ ਮੌਕੇ ਦੇ ਉੱਤੋਂ ਫਿੰਗਰਪ੍ਰਿੰਟ ਸਕੀਮ ਦੇ ਸਾਹਮਣੇ ਔਰ ਇਹਨਾਂ ਦੀ ਫੈਮਿਲੀ ਨੂੰ ਨਾਲ ਲਿਆ ਕੇ ਬੈਗ ਲਿਆਂਦਾ, ਉਹਦੇ ਵਿੱਚ ਪੈਸੇ ਸੀਗੇ। ਇਹਨਾਂ ਦੀ ਫੈਮਿਲੀ ਦੇ ਸਾਹਮਣੇ ਹੀ ਅਸੀਂ ਉਹ ਪੈਸੇ ਗਿਣ ਕੇ ਉਹਨਾਂ ਨੂੰ ਵਗੈਰਾ ਦੱਸਦਾ ਤੁਹਾਡੇ ਇੰਨੇ ਪੈਸੇ ਆ, ਇਹ ਬੈਗ ਆ, ਬੈਗ ਦੇ ਉੱਤੇ ਖੂਨ ਦੇ ਛਿੱਟੇ ਕਾਫੀ ਇੱਦਾਂ ਦੇ ਪਏ ਸੀ, ਔਰ ਸਾਰਾ ਉਹ ਜਦੋਂ ਜਾਂਚ ਕਰ ਰਹੇ ਸੀ ਉਸ ਚੀਜ਼ ਨੂੰ ਵਾਚ ਕਰ ਰਹੇ ਸੀ ਪੈਸੇ ਕਿੱਥੋਂ ਆਏ। ਹੁਣ ਜਦੋਂ ਇਸ ਮਦਈ ਨੇ ਆ ਕੇ ਦੱਸਿਆ ਵੀ ਮੇਰੇ ਪੈਸੇ ਜਿਹੜੀ ਮੇਰੀ ਸ਼ੋਪ ਦੇ ਹੀ ਹੈਗੇ ਆ ਜਿਹੜੀ ਮੈਂ ਸੇਲ ਕੀਤੀ ਆ, ਅਤੇ ਉਹਨੂੰ ਅਸੀਂ ਉਹਦੇ ਪੈਸੇ ਹੈਂਡਓਵਰ ਕਰ ਦਿੱਤੇ। ਸਰ ਮੈਨੂੰ ਇੰਨਾ ਕਿਹਾ ਸੀ ਵੀ ਇੰਨੀ ਤੈਨੂੰ ਪੈਸੇ ਦੇ ਰਹੇ ਹਾਂ, ਸਾਨੂੰ ਲਿਖ ਕੇ ਦੇ ਦੇ, ਕੱਲ੍ਹ ਨੂੰ ਕੋਈ ਸਾਡੀ ਪੁਲਿਸ ਦੇ ਕਿਸੇ ਮੁਲਾਜ਼ਮ 'ਤੇ ਰੋਕ ਨਾ ਲੱਗੇ। ਪਰ ਉਹ ਇਸ ਗੱਲ ਤੋਂ ਹੀ ਬਣਾ ਕੇ ਬੈਠ ਗਿਆ ਵੀ ਨਹੀਂ, ਈਗੋ ਬਣਾ ਕੇ ਬਹਿ ਗਿਆ ਵੀ ਨਹੀਂ ਅਸੀਂ ਇਹ ਪੈਸੇ ਲਿਖ ਕੇ ਨਹੀਂ ਦੇਣਾ। ਕੋਈ ਗੱਲ ਨਹੀਂ, ਬਹੁਤ ਵਾਰ ਬੰਦਿਆਂ ਦੇ ਸਾਹਮਣੇ ਤੁਹਾਡੀ ਜ਼ਿੰਮੇਵਾਰੀ ਅਤੇ ਤੁਹਾਡੇ ਕੈਮਰਿਆਂ ਦੇ ਸਾਹਮਣੇ ਉਹ ਪੈਸੇ ਲੈ ਗਏ ਆ, ਅਤੇ ਉਹਨਾਂ ਨੇ ਹੁਣ ਸਾਨੂੰ ਇੱਕ ਲਿਖ ਕੇ ਦਿੱਤਾ ਅਤੇ ਉਹਨਾਂ ਨੇ ਪੈਸੇ ਵਾਪਸ ਨਹੀਂ। ਇੱਦਾਂ ਦੀ ਕੋਈ ਗੱਲ ਨਹੀਂ, ਆਲਰੇਡੀ SHO DSP ਸਾਹਿਬ ਤੋਂ ਮੈਂ ਸਾਰਾ ਵੈਰੀਫਾਈ ਕਰਾ ਲਿਆ। ਉਹਨਾਂ ਨੇ ਸਰ ਪੁਲਿਸ ਵਾਲੇ ਨੇ ਇਹੋ ਕਿਹਾ ਸੀ ਵੀ ਸਾਨੂੰ ਕੋਈ ਰਿਟਰਨ ਦੇ ਦਿਓ, ਕੋਈ ਸਾਨੂੰ ਰਸੀਦ ਦੇ ਦਿਓ, ਅਸੀਂ ਤੁਹਾਨੂੰ ਹੈਂਡਓਵਰ ਕਰ ਦਈਏ। ਤੋ ਬਸ ਉਹਨਾਂ ਨੇ ਇਸੇ ਟਾਈਮ ਨੂੰ ਸਮਝਿਆ ਵੀ ਰਸੀਦ ਪਤਾ ਨਹੀਂ ਕਿਉਂ ਮੰਗੀ ਜਾਂਦੇ ਆ, ਥੋੜ੍ਹਾ ਜਿਹਾ ਸਮਝਾਉਣ 'ਚ ਵੀ ਫਰਕ ਪੈ ਗਿਆ। ਉਹਨਾਂ ਨੂੰ ਸਮਝਾਤਾ ਸਾਰਾ ਠੀਕ ਹੋ ਗਿਆ, ਹੁਣ ਰਸੀਵ ਕਰ ਲਿਆ ਉਹਨਾਂ ਦਾ ਬੰਦਾ ਆਇਆ, ਕੋਈ ਤੁਹਾਡੇ ਮੀਡੀਆ ਦੇ ਸਾਹਮਣੇ ਉਹਨਾਂ ਨੇ 2,11,300 ਕੁਛ ਸਮਥਿੰਗ ਸੀਗੇ ਜਿੰਨੇ ਵੀ ਹੈਗੇ ਉਹਨਾਂ ਦੇ ਸਾਹਮਣੇ ਗਿਣ ਕੇ। ਇਹਦੇ 'ਚ ਅਸੀਂ ਰੋਕੀ ਜਿਹੜਾ ਹੁਣ ਰੈਸਟ ਪਾ ਲਈ ਆ, ਹੁਣ ਉਹਦੀ ਉਹ ਜਿਹੜਾ ਅੱਗੇ ਵੈਪਨ ਵਗੈਰਾ ਜਿਹੜਾ ਆ ਉਹ ਅਸੀਂ ਹੁਣ ਜਿਹੜਾ ਉਹ